ਬੇਗੰਪੁਰਾ ਸ਼ਹਿਰ ਕੋ ਨਾਉ ਦੁੱਖ ਅੰਧੋ ਹੋ ਨਹੀਂ ਤੈਠਾਉ ਇੱਥੇ ਜੋ ਵਿਵਸਥਾ ਬਣ ਚੁੱਕੀ ਹੈ ਊਚ ਨੀਚ ਦੀ ਨਾ ਬਰਾਬਰੀ ਦੀ ਇੱਕ ਦੂਜੇ ਦੇ ੱੱੱਕੇशाही ਦੀ ਜ਼ੁਲਮ ਕਰਨ ਦੀ ਰਿਸ਼ਵਤਖੋਰੀ ਦੀ ਉਹ ਕਿਵੇਂ ਮਿਟੂਗੀ ਉਹਨੂੰ ਮਟਾਉਣ ਦੇ ਲਈ ਸਾਨੂੰ ਉਹ ਜੋ ਜੋ ਸੱਚ ਦੇ ਸੂਤ ਸਤਗੁਰੂ ਰਬਦਾਸ ਜੀ ਮਹਾਰਾਜ ਜੀ ਨੇ ਸਾਨੂੰ ਦੱਸੇ ਨੇ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਹਨ ਉਹਨਾਂ ਨੂੰ ਸਾਨੂੰ ਅਪਣਾਉਣਾ ਪਊਗਾ ਉਹੀ ਜੋ ਉੱਪਰਲੀ ਅਵਸਥਾ ਦਾ ਮਾਡਲ ਹੈ ਉਹੀ ਜੋ ਉੱਪਰਲੀ ਅਵਸਥਾ ਦਾ ਜੋ ਨਕਸ਼ਾ ਖਿੱਚਿਆ ਸਤਗੁਰੂ ਰਬਦਾਸ ਜੀ ਨੇ ਉਹ ਆਪਾਂ ਇਸ ਧਰਤੀ ਤੇ ਪੈਦਾ ਕਰਨਾ ਹੈ ਕਾਇਮ ਕਰਨਾ ਹੈ ਉਹ ਮਾਡਲ ਇਸ ਧਰਤੀ ਤੇ ਲਿਆਉਣਾ ਰਾਜ ਭਾਗ ਦਾ ਜਿੱਥੇ ਕੋਈ ਕਿਸੇ ਨੂੰ ਦੁੱਖ ਨਾ ਹੋਵੇ ਤਕਲੀਫ ਨਾ ਹੋਵੇ ਦੋਮਨਾ ਸੇਮ 101 ਸਾਰੇ ਲੋਕ ਬਰਾਬਰ ਹੋਣ ਸਾਨੂੰ ਇਹ ਮਾਡਲ ਸਤਗੁਰੂ ਅਰਦਾਸ ਜੀ ਮਹਾਰਾਜ ਜੀ ਨੇ ਦਿੱਤਾ ਹੈ ਅਸੀਂ ਉਹ ਇਸ ਧਰਤੀ ਤੇ ਲਾਗੂ ਕਰਨਾ ਹੈ ਉਸ ਨੂੰ ਲਾਗੂ ਕਰਨ ਦੇ ਲਈ ਸਾਨੂੰ ਸੰਘਰਸ਼ ਕਰਨਾ ਪੈਣਾ ਹੈ ਪਰ ਉਹ ਅੱਜ ਤੱਕ ਉਹ ਬੇਗੰਪਰਾ ਕਿਉਂ ਨਹੀਂ ਬਸ ਸਕਿਆ ਉਹ ਵਤਨ ਜਿਸ ਦੀ ਕਲਪਨਾ ਸਤਗੁਰੂ ਅਰਦਾਸ ਜੀ ਮਹਾਰਾਜ ਜੀ ਨੇ ਸ਼ਬਦ ਦੇ ਵਿੱਚ ਕੀਤੀ ਹੈ ਉਹ ਅੱਜ ਤੱਕ ਕਾਇਮ ਕਿਉਂ ਨਹੀਂ ਹੋ ਸਕਿਆ ਕਿਉਂਕਿ ਅਸਲ ਵਿੱਚ ਜਿਹੜੇ ਧਰਮਾਂ ਨੂੰ ਅਸੀਂ ਮੰਨਦੇ ਆਂ ਜਿਹੜੇ ਧਾਰਮਿਕ ਸਮਾਗਮਾਂ ਤੇ ਅਸੀਂ ਜਾਣੇ ਆ ਅਸਲ ਵਿੱਚ ਉਹ ਬਹੁਤ ਥੱਲੇ ਦੀਆਂ ਗੱਲਾਂ ਨੇ ਉਹ ਕੋਈ ਉੱਚੀ ਅਵਸਥਾ ਦੀ ਗੱਲ ਨਹੀਂ ਕਰਦੇ ਹੈਗੇ ਉਹ ਤਾਂ ਸਮਾ ਸਾਨੂੰ ਗੁਲਾਮ ਬਣਾਉਂਦੇ ਨੇ ਆਪਣਾ ਗੁਲਾਮ ਬਣਾ ਕੇ ਸਾਡਾ ਮਾਨਸਿਕ ਸ਼ੋਸ਼ਣ ਕਰਦੇ ਨੇ ਤੋ ਇਸ ਕਰਕੇ ਉਹ ਸਭ ਇਸ ਵਿਵਸਥਾ ਦੇ ਵਿੱਚ ਰਹਿੰਦੇ ਹੋਏ ਤਾਂ ਉਹ ਬੇਗਮਪੁਰਾ ਨਹੀਂ ਬਚ ਸਕਦਾ ਹੈ ਜਿਸ ਜੋ ਮਾਡਲ ਸਤਗੁਰੂ ਦਾਸ ਜੀ ਮਹਾਰਾਜ ਜੀ ਨੇ ਆਪਣੀ ਸੁਰਤ ਦੇ ਵਿੱਚ ਚਿਤਵਿਆ ਹੈ ਜਿਸ ਅਵਾਸਤਾ ਦੇ ਵਿੱਚੋਂ ਪਹੁੰਚੇ ਹਨ ਸੋਚ ਵਿਚਾਰ ਕਰਕੇ ਸੱਚ ਦੀ ਖੋਜ ਕਰਕੇ ਉਸ ਨੂੰ ਧਰਤੀ ਦੇ ਉੱਤੇ ਲਾਗੂ ਕਰਨ ਦੇ ਲਈ ਸਾਨੂੰ ਕੀ ਕਰਨਾ ਪੈਣਾ ਹੈ ਸਾਨੂੰ ਇਹ ਸਾਰਾ ਜੋ ਧਰਮ ਕਾ ਨੰਬਰ ਖੜਾ ਹੈ ਚਾਹੇ ਉਹ ਡੇਰਿਆਂ ਦੇ ਰੂਪ ਵਿੱਚ ਹੈ ਚਾਹੇ ਕਿਸੇ ਹੋਰ ਹੋਰ ਰੂਪ ਵਿੱਚ ਹੈ ਕਬਰਾਂ ਮਜਾਰਾਂ ਹੋਰ ਤਰ੍ਹਾਂ-ਤਰ੍ਹਾਂ ਦੇ ਜੋ ਮਨਉਤਾਂ ਨੇ ਉਹਨਾਂ ਦੇ ਰੂਪ ਵਿੱਚ ਹੈ ਇਹਨੂੰ ਖਤਮ ਕਰਨਾ ਹੋਊਗਾ ਸਾਨੂੰ ਕੇਵਲ ਤੇ ਕੇਵਲ ਇਕੋ ਸਾ ਕਾਲਪੁਰਖ ਵਹਿਗੁਰੂ ਪਰਮੇਸ਼ਰ ਦੇ ਨਾਲ ਜੁੜਨਾ ਹੋਊਗਾ ਜਿਹੜਾ ਕਿਤੇ ਦੂਰ ਨਹੀਂ ਹੈ ਜਿਹੜਾ ਸਾਡੇ ਕੋਲੇ ਹੀ ਹੈ ਕਿਉਂਕਿ ਪਹਿਲੇ ਸ਼ਬਦ ਦੇ ਵਿੱਚ ਹੀ ਕਲੀਅਰ ਕਰਤਾ ਹੈ ਸਤਿਗੁਰੂ ਰਬਦਾਸ ਜੀ ਮਹਾਰਾਜੀ ਨੇ ਤੋਹੀ 모ਹੀ 모ਹੀ ਤੋਹੀ ਅੰਤਰ ਕੈਸਾ ਉਹ ਕੋਈ ਸਾ ਤੋਂ ਦੂਰ ਨਹੀਂ ਉਹਨੂੰ ਪਾਉਣ ਦੇ ਲਈ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਵਿਧੀ ਨਹੀਂ ਦੱਸੀ ਗਈ ਆ ਚਾਹੇ ਕਹਿੰਦੇ ਨੇ ਜਪ ਜਪ ਦਾ ਮਤਲਬ ਕਿਸੇ ਚੀਜ਼ ਦਾ ਜਾਪ ਕਰਨਾ ਨਹੀਂ ਹੈ ਜਪ ਦਾ ਮਤਲਬ ਹੈ ਸਮਝਣਾ ਵਿਚਾਰਨਾ ਵੀ ਜਪ ਹੁਣ ਇਹ ਬਾਣੀ ਨੂੰ ਤੂੰ ਵਿਚਾਰ ਜੋ ਸ਼ਬਦ ਆ ਰਹੇ ਨੇ ਇਹਨਾਂ ਦੇ ਵਿਚਾਰ ਕਰ ਇਹਨਾਂ ਵਿੱਚੋਂ ਜੋ ਸੱਚ ਨਿਕਲਣਾ ਹੈ ਇਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਮੜਾ